ਜੁਆਇੰਟ ਰਜਿਸਟੈਂਸ ਲੀਡਰਸ਼ਿਪ ਸਮੂਹ ਨੇ ਕੇਂਦਰ ਸਰਕਾਰ ਵੱਲੋਂ ਧਾਰਾ 370 ਨੂੰ ਨਕਾਰਾ ਕਰਨ ਦੇ ਵਿਰੋਧ ਵਿੱਚ UN ਮਿਲਟਰੀ ਅਬਜ਼ਰਵਰ ਗਰੁੱਪ ਤੱਕ ਮਾਰਚ ਕਰਨ ਦੀ ਅਪੀਲ ਕੀਤੀ ਸੀ। ਇਹ ਮਾਰਚ ਸ਼੍ਰੀਨਗਰ ਦੇ ਲਾਲ ਚੌਂਕ ਤੋਂ ਸੋਨਾਵਲ ਇਲਾਕੇ ਤੱਕ ਕੱਢਿਆ ਜਾਣਾ ਸੀ ਜਿੱਥੇ UN ਦਾ ਦਫ਼ਤਰ ਸਥਿਤ ਹੈ। ਸ਼ੁੱਕਰਵਾਰ ਨੂੰ ਵੱਖਵਾਦੀਆਂ ਵੱਲੋਂ ਸਥਾਨਕ ਲੋਕਾਂ ਨੂੰ ਯੂਨਾਈਟਡ ਨੇਸ਼ਨਸ ਦੇ ਮਿਲਟਰੀ ਅਬਜ਼ਰਵਰ ਗਰੁੱਪ ਦਫ਼ਤਰ ਲਈ ਕੂਚ ਕਰਨ ਦੀ ਅਪੀਲ ਵਾਲੇ ਪੋਸਟਰ ਮਿਲਣ ਮਗਰੋਂ ਸ਼੍ਰੀਨਗਰ ਵਿੱਚ ਮੁੜ ਤੋਂ ਸਖ਼ਤੀ ਲਾਗੂ ਕਰ ਦਿੱਤੀ ਗਈ ਹੈ। ਇਸ ਹਫ਼ਤੇ ਵਿੱਚ ਕਸ਼ਮੀਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਢਿੱਲ ਦਿੱਤੀ ਗਈ ਸੀ, ਪਰ ਹੁਣ ਫਿਰ ਤੋਂ ਸਖ਼ਤੀ ਵਧਾ ਦਿੱਤੀ ਗਈ ਹੈ।